الحمد لله وكفى والصلاة والسلام على من لا نبي بعد أرسله الله بالحق بشيرا ونذيرا وداعيا إلى الله بإذنه بإذنه وسراجا منيرا إن الله وملائكته يصلون على النبي يا أيها الذين آمنوا صلوا عليه وسلموا تسليما اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد سبحانك لا علم لنا إلا ما علمتنا إنك أنت العليم الحكيم اللهم انفعنا بما علمتنا وعلمنا ما ينفعنا وزدنا علما اللهم اجعلنا مباركا اينما كنا أما بعد فأعوذ بالله من الشيطان الرجيم بسم الله الرحمن الرحيم قل إن كنتم تحبون الله فاتبعوني يحببكم الله ويغفر لكم ذنوبكم والله غفور رحيم أو كما قال الله تعالى في مقام آخر إن أول بيت وزع للناس للذي ببكة مباركا وهدى للعالمين جتھے میرے حضور دے قدم لگے اس تھان
ਵਰਗੀ ਕੋਈ ਥਾਂ ਨਹੀਂ ਓ ਜਿਹੜੀ ਮੇਰੇ ਹਜ਼ੂਰ ਦਮ ਚੁੰਮੇ ਉਸ ਮਾਂ ਵਰਗੀ ਕੋਈ ਮਾਂ ਨਹੀਂ ਤੇ ਜਿਸ ਨਾਂ ਦੀਆਂ ਕਸਮਾਂ ਅਰਸ਼ ਤੇ ਰੱਬ ਖਾਵੇ ਉਸ ਨਾਂ ਵਰਗਾ ਕੋਈ ਨਾਂ ਨਹੀਂ ਚੱਲੋ ਚੱਲੀਏ ਚੱਲੋ ਚੱਲੀਏ ਚੱਲੋ ਚੱਲੀਏ ਕਾਬੇ ਦੇ ਗੇਟ ਬਈਏ ਉਸ ਛਾਂ ਵਰਗੀ ਕੋਈ ਛਾਂ ਨਹੀਂ ਹਰ ਕਿਸਮ ਦੀ ਹਮਦੋ ਸਨਾ ਤਾਰੀਫਾਤ ਕਿਬਰਿਆਈ ਬੜਾਈ ਤਨਹਾਈ ਸ਼ਹਿਨਸ਼ਾਹੀ ਬਾਦਸ਼ਾਹੀ ਅੱਲਾਹ ਵਾਹਦਹੂ ਲਾ ਸ਼ਰੀਕ ਦੀ ਜ਼ਾਤ ਪਾਕ ਵਾਸਤੇ ਦਰੂਦੋ ਸਲਾਮ ਨਬੀ ਰਹਿਮਤ ਰਹਿਮਤ ਦੋ ਆਲਮ ਪਾਕੇ ਕਾਇਨਾਤ ਹਬੀਬ ਕਿਬਰੀਆ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਆਲਿਹਿ ਵਸੱਲਮ ਦੀ ਜ਼ਾਤ ਗ੍ਰਾਮੀ ਤੇ ਸਿਵਕਾਰ ਮੁਅੱਜ਼ਜ਼ ਸਾਮਾਈਨ ਸਾਮਿਆਤ ਬਜ਼ੁਰਗੋ ਭਾਈਓ ਨੌਜਵਾਨ ਸਾਥੀਓ ਵਾਜਿਬ ਉਲ ਇਹਤਰਾਮ ਮੁਅੱਜ਼ਜ਼ਾਤ ਮੁਕਰਮਾਤ ਪਰਦਾ ਨਸ਼ੀਂ ਰੂਹਾਨੀ ਇਸਲਾਮੀ ਮਾਂ ਔਰ ਬਹਿਨ ਅੱਲਾਹ ਰੱਬੁਲ ਆਲਮੀਨ ਦੀ ਬਾਰਗਾਹ ਦੇ ਅੰਦਰ ਇਲਤਜਾ ਹੈ ਪਰਵਰਦੀਗਾਰ ਆਲਮ ਸਾਡਾ ਸਾਰਿਆਂ ਦਾ ਅੱਜ ਦਾ ਇਸ ਮੁਕਾਮ ਤੇ ਜਮ੍ਹਾਂ ਹੋਣਾ ਅਹਬਾਬ ਦਾ ਅੱਜ ਦੀ ਇਸ ਅਜ਼ੀਮੋ ਸ਼ਾਨ ਕਾਨਫਰੰਸ ਦਾ ਇਹਤਮਾਮੋ ਇੰਤਜ਼ਾਮ ਫਰਮਾਉਣਾ ਅੱਲਾਹ ਤਾਲਾ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ ਔਰ ਜੋ ਮੈਂ ਬਿਆਨ ਕਰਾਂ ਅੱਲਾਹ ਤਾਲਾ ਸ਼ਰੇ ਸਦਰ ਫਰਮਾਏ ਮੈਨੂੰ ਹੱਕ ਸੱਚ ਬਿਆਨ ਕਰਨ ਦੀ ਤੌਫੀਕ ਅਤਾ ਫਰਮਾਏ ਮਾਸ਼ਾਅੱਲਾ ਮੇਰੇ ਤੋਂ ਕਬਲ ਸ਼ਾਇਰੇ ਤੋਹੀਦੋ ਸੁਨਤ ਮੁਬਲਗੇ ਇਸਲਾਮ ਹਜ਼ਰਤ ਮੌਲਾਨਾ ਮੁਹੰਮਦ ਸਾਕਬ ਰਬਾਨੀ ਸਾਹਿਬ ਹਾਫਿਜ਼ਹੁੱਲਾ ਖਤੀਬ ਆਜ਼ਮ ਕਮਾਲੀਆ ਔਰ ਮੁਬਲਗ ਇਸਲਾਮ ਖਤੀਬ ਇਸਲਾਮ ਹਜ਼ਰਤ ਮੌਲਾਨਾ ਮੁਹੰਮਦ ਅਸਲਮ ਡੋਗਰ ਸਾਹਿਬ ਹਾਫਿਜ਼ਹੁੱਲਾ ਆਪਣੇ ਆਪਣੇ ਵਕਤ ਦੇ ਅੰਦਰ ਤੁਸਾਂ ਅਹਬਾਬ ਨਾਲ ਹਮ ਕਲਾਮ ਹੋ ਚੁੱਕੇ ਨੇ ਔਰ ਮੇਰੇ ਬਾਅਦ ਇਨਸ਼ਾਅੱਲਾ ਖਿਤਾਬਾਤ ਦਾ ਸਿਲਸਿਲਾ ਜਾਰੀ ਹੋ ਸਾਰੀ ਰਹੇਗਾ ਅਸਟੇਜ ਦੀ ਜ਼ੀਨਤ ਬਰਾਦਰ ਮੁਹਤਰਮ ਮੁਬਲਗ ਇਸਲਾਮ ਹਜ਼ਰਤ ਮੌਲਾਨਾ ਮੁਹੰਮਦ ਸ਼ਬਾਜ਼ ਡੋਗਰ ਸਾਹਿਬ ਹਾਫਿਜ਼ਹੁੱਲਾ ਔਰ ਦੀਗਰ ਮੁਅੱਜ਼ਜ਼ੀਨ ਅੱਲਾਹ ਤਾਲਾ ਸਭ ਦਾ ਆਣਾ ਮਿਲ ਬੈਠਣਾ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ ਯਕੀਨਨ ਉਹ ਅਹਬਾਬ ਉਹ ਦੋਸਤ ਉਹ ਬਜ਼ੁਰਗ ਮੁਬਾਰਕਬਾਦ ਦੇ ਮੁਸਤਹਿਕ ਨੇ ਜਿਹੜੇ ਦੋਸਤ ਅੱਲਾਹ ਦੇ ਘਰ ਬੈਤੁੱਲਾ ਦੀ ਹਾਜ਼ਰੀ ਵਾਸਤੇ ਜਾ ਰਹੇ ਨੇ ਦੁਆ ਕਰੋ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਆਪਣੇ ਘਰ ਬੈਤੁੱਲਾ ਦਾ ਹੱਜ ਉਮਰਾ ਨਸੀਬ ਫਰਮਾਏ ਅੱਲਾ ਬਾਰ ਬਾਰ ਨਸੀਬ ਫਰਮਾਏ ਹਰ ਬਾਰ ਨਸੀਬ ਫਰਮਾਏ ਮੁਹਤਰਮ ਜਨਾਬ ਸਰਦਾਰ ਨਜੀਬੁੱਲਾ ਸਾਹਿਬ ਉਹਨਾਂ ਦੇ ਘਰ ਵਾਲੇ ਦੀਗਰ ਅਹਬਾਬ ਜਿਤਨੇ ਵੀ ਮੈਂ ਸਾਰਿਆਂ ਦੇ ਨਾਮ ਤੇ ਨਹੀਂ ਜਾਣਦਾ ਜਿਤਨੇ ਵੀ ਅਹਬਾਬ ਤਸ਼ਰੀਫ ਲੈ ਕੇ ਜਾ ਰਹੇ ਨੇ ਅੱਲਾ ਸਭ ਦਾ ਜਾਣਾ ਆਪਣੀ ਬਾਰਗਾਹ ਦੇ ਅੰਦਰ ਕਬੂਲੋ ਮਨਜ਼ੂਰ ਫਰਮਾਏ ਆਈਏ ਮੈਂ ਆਪਣੀ ਬਾਤ ਦਾ ਆਗਾਜ਼ ਬਿਲਾ ਤਮਹੀਦ ਕਰਾਂ ਹਰ ਮੁਸਲਮਾਨ ਦਾ ਈਮਾਨ ਹੈ ਕਿ ਜਿਹੜੀ ਚੀਜ਼ ਨਬੀ ਪਾਕ ਅਲੀ ਸਲਾਤ ਵਸਲਾਮ ਨੂੰ ਪਿਆਰੀ ਏ ਉਹ ਸਾਨੂੰ ਵੀ ਪਿਆਰੀ ਕਿਉਂਕਿ ਸਾਡਾ ਈਮਾਨ ਹੈ ਅਨ ਨਬੀ ਔਲਾ ਬਿਲ ਮੁਮਿਨੀਨ ਮਿਨ ਅਨਫੁਸਿਹਿਮ ਮੋਮਨਾਂ ਨੂੰ ਨਬੀ ਪਾਕ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਔਰ ਜੋ ਨਬੀ ਪਾਕ ਨੂੰ ਪਿਆਰਾ ਏ ਉਹ ਸਾਨੂੰ ਪਿਆਰਾ ਏ ਔਰ ਨਬੀ ਪਾਕ ਅਲੀ ਸਲਾਤ ਵਸਲਾਮ ਦੀ ਨਮਾਜ਼ ਦਾ ਤਰੀਕਾ ਸਾਨੂੰ ਪਿਆਰਾ ਨਬੀ ਪਾਕ ਦੀ ਜ਼ਕਾਤ ਦਾ ਤਰੀਕਾ ਸਾਨੂੰ ਪਿਆਰਾ ਨਬੀ ਪਾਕ ਦੇ ਸਦਕਾਤ ਦਾ ਤਰੀਕਾ ਸਾਨੂੰ ਪਿਆਰਾ ਨਬੀ ਪਾਕ ਦਾ ਬਚਪਨ ਸਾਨੂੰ ਪਿਆਰਾ ਨਬੀ ਪਾਕ ਦਾ ਲੜਕਪਨ ਸਾਨੂੰ ਪਿਆਰਾ ਨਬੀ ਪਾਕ ਦੀ ਜਵਾਨੀ ਸਾਨੂੰ ਪਿਆਰੀ
नबी पाक दियां शादियां सानू प्यारियां, नबी पाक दे निकाह सानू प्यारे, नबी पाक दा लैण देण कारोबार मामलात आप दी फजर जोहर असर मगरब इशा तहज्जुद इशराक नबी पाक अलैहि सलातु व सलाम दी जिंदगी दा एक एक लम्हा उम्मती वास्ते प्यारा भी है और उसवे हसना भी है। रात जिथे मेरे पैगंबर अलैहि सलातु व सलाम नु कुरान प्यारा सी, जिथे नबी पाक अलैहि सलातु व सलाम नु जिहाद प्यारा सी, जिथे नबी पाक नु तहज्जुद प्यारी सी, जिथे नबी पाक नु इशराक प्यारी सी, जिथे नबी पाक नु रोजे प्यारे सन, इत्थे नबी पाक अलैहि सलातु व सलाम नु मक्का मदीना भी प्यारा सी। और अल्लाह ने अपने कुरान पाक दे अंदर ऐलान फरमाया नबी पाक अलैहि सलातु व सलाम नु जड़ियां चीजां प्यारियां ओ मोमन नु भी प्यारियां होनियां चाहीदियां ने। सुनना अल्लाह दा कुरान, हबीबे किबरिया जनाब मुहम्मद सल्लल्लाहु अलैहि वसल्लम, गोडे छड़ो, बेदार होके हुशियार होके सीधे होके बैठो। आ जिहड़े साथी दूर बैठे ने जरा करीब तशरीफ लै आओ, तो थोड़े थोड़े अगे भी हो जो अल्लाह ताला तुहानू जज़ाए खैर अता फरमाए। चज नाल जलसा करिए, जे रुसे रुसे बैठे रहे तो फिर फायदा की। अल्लाह तुहानू सलामत रखे ना, तुसां रोज रोज उमरिया ते जाने ते ना ही असी रोज रोज तुहाडे कोल आने, इंज सुस्ती नाल बैठे रहे ते की फायदा। खुशी का मौके अहबाब अल्लाह के घर जा रहे ने, परेशानी कर दीए। मैं मुसाफर दुआ करना या अल्लाह जिवें अज ये जा रहे ने सानू सारियां नू लै जा। अल्लाह तवज्जो करना, हबीबे किबरिया जनाब मुहम्मद सल्लल्लाहु अलैहि वसल्लम, अल्लाह ताला ने नबी पाक ने सलातो सलाम दे सीना पाक ते कुरान पाक नादर फरमाया। अल्लाह फरमांदे ने कुल इन कुलतुम तुहिब्बुनल्लाहा फत्तबिउनी युहिब्बुकुमुल्लाह वयग़फिर लकुम ज़ुनूबकुम वल्लाहु गफूरुर रहीम। फरमाया सुनिया कायनात दे लोगों नूं ऐलान कर दियो, अगर तुसी चाहते हो कायनात दा रब तुहाडे नाल प्यार करे, कुल इन कुल तुम तो हिब्बो नल्ला, सुनिया कह दियो अगर तुसी चाहते हो कायनात दा रब तुहाडे नाल प्यार करे, फिर तुहानू करना की होएगा, पत्ता बेउनी जो मेरे पैगंबर नूं प्यार है उन्हूं अपना प्यारा बना लेने, जो मेरे पैगंबर नूं चंगा लग दे वह तुहानू चंगा लगना चाहिए। जिस चीज की मेरे पैगंबर के दिल के अंदर मुहब्बत है तुहाडे दिलों के अंदर भी मुहब्बत होनी चाहिए है। अल्लाह सोने जड़िया जड़िया चीजा तेरे पैगंबर नू प्यारियां सन वह सानू भी प्यारियां जानगियां, ते फिर की अता करेंगा। अल्लाह फरमाते ने योग फरमाया तुसी जमीन ते मेरे पैगंबर दे प्यार नू प्यार समझोगे, मैं आसमाना ते बैठ करके तुहाडे नाल प्यार करांगा, तुहाडे गुनाह माफ कर देवांगा, रब बख्शन वाला मेहरबान है। हुण मेरे पैगंबर नू प्यारा की सी तवज्जो करना, मैं सही बुखारी पढ़ा, हज़रत अब्दुल्ला बिन उमर रज़ी अल्लाहु तआला को बयान कर दे, खुदा रा तवज्जो मेरी तरफ, नबी पाक अलैहि सलातु सलाम दे सहाबी बयान करदे ने, एक दिन असर दा वक्त करीब करीब है, मेरे पैगंबर मक्कों हिजरत करके मदीना मुनवरा तशरीफ ले आ चुके ने, 16 या 17 महीने मेरे पैगंबर हो चुके ने, नबी पाक बैतुल मुकद्दस वल मुंह करके नमाज पढ़ते ने, अज मेरे पैगंबर बैठे ने, ते बैठिया बैठिया बार बार मेरे पैगंबर का चेहरा आसमाना वल उठदा है, मेरे पैगंबर जुबान चो गल कोई नहीं करते, नबी पाक का दिल कर दे अल्लाह साडा किबला बैतुल मुकद्दस दे बढ़ाए बैतुल्ला बना दे। अल्लाह को अकबला बार बार मेरे पैगंबर आसमाना वल वेंदे ने, बस जुबान चो गल कोई नहीं करदे, क्यों मेरे पैगंबर एडे तड़पदे पए ने, नबी पाक क्यों बिलकदे पए ने। ओए चीना डोगरां दे आबासिया, असा मदीना पाक वेखिए मक्का पाक वेखिए या कईयां नहीं वेखिया, कोई तड़पदे ते कोई तरसदा है, ते नबी पाक
ताकत क्यों ना तड़पण ओ बैतुल्ला जिनू वेंदे आ मेरे पैगंबर दा बचपन गुजरिया ओ बैतुल्ला जिनू वेंदे आ मेरे पैगंबर दा लड़कपन गुजरिया ओ बैतुल्ला जिनू वेंदे आ मेरे पैगंबर दियां जवानियां गुजरियां मक्के ते मदीने दी क्या शान निराली मक्के ते मदीने दी क्या शान निराली जिते टुर दरे आ लोगो कौनैन दवाली मक्के ते मदीने दी क्या शान निराली मक्के दियो नी गलियो सोने दियो नी डलियो मदीने दियो नी गलियो सोने दियो नी डलियो तुसा रज रज तक आए जिदी कमली काली लगदा तुहाडी तवज्जो नहीं रामो बंदा को सुभान अल्लाह मक्के ते मदीने दी क्या शान निराली सोना मक्का शहर निराला है मदीना बरकत वाला है मक्का शहर निराला है मदीना बरकत वाला है ओना दोवां शहरां दी कीति रब रखवाली मक्के ते मदीने दी क्या शान तुसा कहना निराली मक्के ते मदीने दी क्या शान अड पता चले चीना डोगरा जामिया मस्जिद जन्नतुल फिरदौस दे अंदर मक्के मदीने नु बैठ मनन वाले बैठे ने मक्के ते मदीने दी क्या शान निराली जिते टुर दरे आ लोगो कौनैन दवाली और तड़प जाना जेड़े भाई उमरे ते जा रहे ने इंशाल्लाह मेरे जुमले तवाफ करदे आ याद आणगे हर मैन चले जाओ अखी वेखाओ कन्नी सुने आओ मीनारा विचों गूंज दिए जो अजान बिलालीए मक्के ते मदीने दी क्या शान नहीं बोले दरा तू मोहब्बत प्यार नाले अल्लाह दी कसम छाल लानी चाहिए मक्के ते मदीने दी क्या शान निराली अबू बकर उमर निराले ने फुल खुशबुआ वाले ने अबू बकर उमर निराले ने फुल खुशबुआ वाले ने उन्हां फुलां दे विच सुता सोने चमन दा मालीए उन्हां फुलां दे विच सुता सोने बाग दा मालीए मक्के ते मदीने दी क्या शान निरालीए मैं कुर्बान जावां मेरे पैगंबरी सलातो सलाम तड़प दे पैने अल्लाह सुनिया साडा किबला बैतुल मुकद्दस दे बजाए बैतुल्ला बना दे मेरे पैगंबर दा प्यार जो मक्के पाक दे नाले मेरे पैगंबर दियां मुहब्बतां जो बैतुल्ला दे नाले नबी पाक बार बार आसमाना वल वेंदे ने अरशा वाले रब ने अरशा तो कुरान पाक नाज़िल फरमाया अल्लाह फरमांदे ने कद नारा तकल्लो बाबा जे के कपे समा फाला नु वली अन्ना का किबला तन तरजा
अल्लाह मैं कुर्बान जावा। अल्लाह फरमाते ने सोने जा जिधर तुहाडा दिल करदा मुंह करके नमाज पढ़ लो, असी ओनू ही किबला बना देवांगे। साडा किबला बैतुल्ला, इस वास्ते मैं फजर पढ़ा ते बैतुल्ला वल मुंह करके, मैं जोहर पढ़ा ते बैतुल्ला वल मुंह करके, मैं असर पढ़ा ते बैतुल्ला वल मुंह करके, मैं मगरब पढ़ा ते बैतुल्ला वल मुंह करके, मैं इशा पढ़ा ते बैतुल्ला वल मुंह करके, मैं तहज्जुद पढ़ा ते बैतुल्ला वल मुंह करके, मैं इशराक पढ़ा ते बैतुल्ला वल मुंह करके, क्योंकि बैतुल्ला मेरे पैगंबर दा किबला ते सोने दा किबला साडा किबला। अल्लाहु अकबर। अल्लाह और केड़ा किबला जिदे बारे अल्लाह फरमांदे ने, इन्ना अव्वला बैतिम वज़िया लिन्नासि लल्लज़ी बिबक्का मुबारकम व हुदल लिल आलमीन। फरमाया कायनात दे लोगो, ओ बैतुल्ला अल्लाह दा घर मुसलमाना दा पहला किबला, मक्के शहर दे अंदर अल्लाह दा घर बैतुल्ला। अल्लाह हू अकबर। अल्लाह केड़ा मक्का शहर है? कायनात दे लोगो अल्लाह फरमांदे ने, ला उक्सिमु बिगाज़ल बलद व अंता घिल्लुम बिगाज़ल बलद। किते अल्लाह फरमांदे ने, वत्तीन व ज़ैतून व तुरी सीनीन व हादल बलदिल अमीन। ओ मक्का शहर, जे शहर दियां कसमां अरशां वाले रब ने अरशां ते बैठ करके उठाइया। ओ मक्का जिथे मेरे पैगंबर दा बचपन गुजरिया, ओ मक्का जिथे मेरे पैगंबर दा लड़कपन गुजरिया, ओ मक्का जिथे मेरे पैगंबर दियां जवानियां गुजरिया, ओ मक्का जिथे मेरे पैगंबर पैदा हुए। अल्लाह मियां जी दे का यतीमन फावा, मक्के शहर दे अंदर मेरे पैगंबर पैदा हुए, मक्के दे अंदर मेरे पैगंबर दियां तलियां लगियां, मक्के शहर दे अंदर मेरे पैगंबर ने बकरियां चराइया। ए अरब शरीफ तुम सदे के जावां, ते जिते तलियां यार लगाइया, कदम कदम ते मैं बोसे देवां, ते जिथे बकरियां यार चराइया। इन्ना अव्वला बैतिम वुज़िया लिन्नासि लल्लज़ी बिबक्का मुबारकम व हुदल लिल आलमीन। अल्लाह मैं कुर्बान जावा, वो बाबरकत शहर, मैं मक्के ते मदीने दी अजमत बाप दे अंदर बयान करा। पहले एक गल करा कायनात दे लोगो, वो ते शहर ऐसा शहर है, वो ते अल्लाह दा घर ऐसा घर है, जिथे बंदा जांदा गुनाहां दा भर आए, ते वापस आंदे ते गुनाहां तो पाक साफ करके आंदे। वो ते बंदा जांदा किसी और अराबे नाल जांदे, जदों बंदा उत्थे चला जांदा कायनात रब जिंदगी बदल देंदा, कायनात दा रब दुनिया बदल देंदा है। अल्लाह हू अकबर। अल्लाह मैं कुर्बान जावां, अज एक रात बंदा पाकिस्तान दे अंदरों चल दे, चल दियां चल दियां चल दियां चल दियां, अल्लाह हू अकबर, अल्लाह मक्के शहर दे अंदर पहुंचदा है, इहराम दी गालत दे अंदर, जदों बंदे दियां पहलियां नजरां बैतुल्ला ते पैंदियां ने, मेरे पैगंबर फरमांदे ने, अल्लाह ताला इस बंदे कोई बंदा जो दुआ कर दे, इहदियां नजरां पैंदियां ने, अल्लाह ताला कबूल कर लेंदा है। अल्लाह को अकबला, हुण बंदा मताब दे अंदर दाखिल हो गया। अल्लाह को अकबला, इहराम दी गल दे अंदर उमरे दा आगाज होण लगी है, ऐने करके खजरे अस्वद तो अपने तवाफ दा आगाज कर दे। पता जिना खजरे अस्वद केड़ा पत्थर है, मेरे पैगंबर सलातो सलाम फरमांदे ने, अल्लाह ताला कयामत वाले दिन हजरे अस्वद नु जुबान भी देवेगा, ते कायनात दा रब अखां भी अता करेगा।
ਜਿਨੇ ਜਿਨੇ ਖਜਰੇ ਅਸਵਦ ਨੂੰ ਬੋਸਾ ਦਿੱਤਾ ਕਿਆਮਤ ਵਾਲੇ ਦਿਨ ਖਜਰੇ ਅਸਵਦ ਆ ਕਰਕੇ ਦੇ ਹੱਕ ਦੇ ਅੰਦਰ ਸਿਫਾਰਸ਼ਾਂ ਕਰੇਗਾ। ਔਰ ਖਜਰੇ ਅਸਵਦ ਕਿਹੜਾ ਪੱਥਰ ਹੈ ਮੇਰੇ ਪੈਗੰਬਰ ਪਰਵਾਦੇ ਨੇ ਜੰਨਤ ਦੇ ਅੰਦਰੋਂ ਆਇਆ ਪੱਥਰ। ਅੱਲਾ ਅੱਲਾ ਇਹਦਾ ਰੰਗ ਸਫੈਦ ਸੀ ਲੋਕਾਂ ਦੇ ਗੁਨਾਹਾਂ ਦੀ ਵੱਡਾ ਕਰਕੇ ਦਾ ਪੱਥਰ ਇਹਦਾ ਰੰਗ ਕਾਲਾ ਹੋ ਗਿਆ। ਅੱਲਾ ਅੱਲਾ ਅੱਜ ਜਿਹੜਾ ਬੰਦਾ ਵੀ ਜਾਣਦਾ ਹੈ ਅੱਲਾ ਦੀ ਕਸਮੇ ਮੈਂ ਵੇਖਿਆ ਦੀਵਾਨਾ ਵਾਰ ਹਰ ਕੋਈ ਗਜਰੇ ਅਸਵਦ ਨੂੰ ਚੁੰਮਣ ਦੀਆਂ ਕੋਸ਼ਿਸ਼ਾਂ ਕਰਦੇ ਹਰ ਕੋਈ ਅਜਰੇ ਅਜ ਅਸਵਦ ਨੂੰ ਬੋਸੇ ਦੇਣ ਦੀਆਂ ਕੋਸ਼ਿਸ਼ਾਂ ਕਰਦੇ। ਮੈਂ ਪੁੱਛਿਆ ਤੁਸੀਂ ਪਾਕਿਸਤਾਨੀ ਆਇਓ ਵਕਤ ਦੇ ਸਦਰ ਵਕਤ ਦੇ ਵਜ਼ੀਰ ਆਜ਼ਮ ਛੀਨਾ ਡੋਗਰਾਂ ਦੇ ਚੌਧਰੀ ਹੋ ਤੇ ਖਜਰੇ ਅਸਵਦ ਨੂੰ ਬੋਸੇ ਕਿਉਂ ਦੋਂਦੇ ਦੇਂਦੇ ਬੈਠੇ। ਖਜਰੇ ਅਸਵਦ ਨੂੰ ਕਿਸੇ ਸਵਾਲ ਕੀਤਾ ਤੇਰਾ ਰੰਗ ਤੇ ਬੜਾ ਕਾਲਾ ਏ ਤੇਰੇ ਅੰਦਰ ਕਿਹੜੀ ਖੂਬੀ ਏ ਤੈਨੂੰ ਹਰ ਕੋਈ ਚੁੰਮਣ ਵਾਲਾ ਏ। ਹਜਰੇ ਅਸਵਦ ਨੇ ਮੋੜ ਜਵਾਬ ਦਿੱਤਾ ਬੇਸ਼ੱਕ ਮੇਰਾ ਰੰਗ ਕਾਲਾ ਏ ਮੈਨੂੰ ਸਾਰੀ ਦੁਨੀਆ ਤਾਂ ਚੁੰਮਦੀ ਮੈਨੂੰ ਚੁੰਮ ਗਿਆ ਕਮਲੀ ਵਾਲਾ ਏ। ਕੁਲ ਇਨ ਕੁਲਤੁਮ ਤੁਹਿਬੂਨ ਅੱਲਾਹ ਫਤਬਿਊਨੀ ਯੁਹਿਬਕੁਮ ਅੱਲਾਹ। ਬੰਦਾ ਆਪਣੇ ਤਾਂ ਮਜਾ ਤਵਾਫ ਦਾ ਆਗਾਜ਼ ਕਰ ਦਿੰਦਾ ਏ ਐਜਾ ਖਜਰੇ ਅਸਵਦ ਦੇ ਨਾਲ ਹੀ ਅੱਲਾਹੁ ਅਕਬਰ ਅੱਲਾਹ ਕਾਇਨਾਤ ਦੇ ਲੋਗੋ ਮੁਲਤਜ਼ਮ ਏ ਜਿੱਥੇ ਬੰਦਾ ਆਪਣਾ ਸੀਨਾ ਲਗਾ ਕਰਕੇ ਆਪਣੇ ਦੁੱਖੜੇ ਆਪਣੇ ਰੱਬ ਨੂੰ ਸੁਣਾਉਂਦੇ ਐਜ ਬੰਦਾ ਚੱਲਦਾ ਚੱਲਦਾ ਅੱਗੇ ਖਤੀਮ ਆ ਜਾਂਦੇ ਫਿਰ ਚੱਕਰ ਕਰਦਾ ਕਰਦਾ ਐਨ ਕਰਕੇ ਰੁਕਨੇ ਯਮਾਨੀ ਆ ਜਾਂਦੇ ਰੁਕਨੇ ਯਮਾਨੀ ਤੋਂ ਲੈ ਕਰਕੇ ਬੈਤੁੱਲਾ ਅੱਲਾ ਰੁਕਨੇ ਯਮਾਨੀ ਤੋਂ ਲੈ ਕੇ ਖਜਰੇ ਅਸਵਦ ਤੱਕ। ਮੇਰੇ ਪੈਗੰਬਰ ਅਲੀ ਸਲਾਮ ਨੂੰ ਸਲਾਮ ਫਰਮਾਉਂਦੇ ਨੇ ਨਬੀ ਪਾਕ ਦੇ ਸਹਾਬੀ ਫਰਮਾਉਂਦੇ ਨੇ ਜਦੋਂ ਨਬੀ ਪਾਕ ਰੁਕਨੇ ਯਮਾਨੀ ਕਰਾਸ ਕਰਦੇ ਤੇ ਪੜਿਆ ਕਰਦੇ ਰੱਬਨਾ ਆਤਿਨਾ ਫਿਰ ਦੁਨੀਆ ਖਸਾਨਾ ਵਾ ਪਿੱਲਾ ਕਿਰਾ ਤੇ ਖਸਾਨਾ ਵਾ ਕਿਨਾ ਅਜ਼ਾਬਨਾ ਅੱਲਾਹ। ਮੈਂ ਇਸ ਦੁਆ ਦੀ ਗੱਲ ਕਰਾਂ ਤੇ ਗੱਲ ਅੱਗੇ ਚਲਾਵਾਂ। ਮੇਰੇ ਪੈਗੰਬਰ ਸਲਾਮ ਦੇ ਸਿਹਾਬੀ ਬਿਆਨ ਕਰਦੇ ਨੇ ਨਬੀ ਪਾਕ ਦੇ ਇੱਕ ਸਿਹਾਬੀ ਬਿਮਾਰ ਹੋ ਜਾਂਦੇ ਨੇ। ਮੇਰੇ ਪੈਗੰਬਰ ਚੱਲਦੇ ਚੱਲਦੇ ਇਹ ਸਿਹਾਬੀ ਦੀ ਤਿਮਾਰਦਾਰੀ ਕਰਨ ਵਾਸਤੇ ਗਏ। ਨਬੀ ਪਾਕ ਫਰਮਾਉਂਦੇ ਨੇ ਸਿਹਾਬੀ ਆ ਕੀ ਹੋ ਗਿਆ ਤੂੰ ਤੇ ਸੁੱਕ ਸੁੱਕ ਕੇ ਮੰਜੀ ਬਣ ਗਿਆ ਏ। ਅੱਲਾਹੁ ਅਕਬਰ ਮੰਜੀ ਨਾਲ ਮੰਜੀ ਹੋ ਗਈ ਏ ਆ ਰੱਬ ਕੋਲੋਂ ਕਿਤੇ ਦੁਆ ਤੇ ਨਹੀਂ ਕਰ ਬੈਠਾ। ਸਿਹਾਬੀ ਕਹਿੰਦਾ ਸੋਹਣਿਆ ਮੈਂ ਅੱਲਾਹ ਕੋਲੋਂ ਦੁਆਵਾਂ ਕੀਤੀਆਂ ਨੇ ਲਾ ਮੇਰੇ ਕੋਲੋਂ ਜਿਹੜੇ ਗੁਨਾਹ ਹੋਏ ਨੇ ਉਹਨਾਂ ਦੀਆਂ ਸਜ਼ਾਵਾਂ ਮੈਨੂੰ ਦੁਨੀਆ ਤੇ ਦੇ ਲੈ। ਅੱਲਾਹ ਕਬਰ ਦੀਆਂ ਮੈਂ ਸਖਤੀਆਂ ਬਰਦਾਸ਼ਤ ਨਹੀਂ ਕਰ ਸਕਦਾ। ਅੱਲਾਹ ਮੈਂ ਮਤਾਨੇ ਮਾਸ਼ਰ ਦੀਆਂ ਸਖਤੀਆਂ ਬਰਦਾਸ਼ਤ ਨਹੀਂ ਕਰ ਸਕਦਾ। ਅੱਲਾਹ ਮੈਂ ਜਹੰਨਮ ਦੀਆਂ ਸਖਤੀਆਂ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਰੱਬ ਕੋਲੋਂ ਦੁਆ ਕੀਤੀ ਅੱਲਾਹ ਮੈਨੂੰ ਦੁਨੀਆ ਤੇ ਮੇਰੇ ਗੁਨਾਹਾਂ ਦੀ ਸਜ਼ਾ ਦੇ ਲੈ। ਉਹ ਛੀਨਾ ਡੋਗਰਾਂ ਦੀ ਆਬਾਸੀ ਆ ਉਹ ਤੇ ਸਿਹਾਬੀ ਸਨ ਜਿਨ੍ਹਾਂ ਮੇਰੇ ਪੈਗੰਬਰ ਦਾ ਮੁਖੜਾ ਵੇਖ ਕੇ ਕਲਮਾ ਪੜਿਆ ਜਿਨ੍ਹਾਂ ਦੇ ਬਾਰੇ ਨਬੀ ਪਾਕ ਨੇ ਫਰਮਾਇਆ ਲਾ ਤਮਸੁਨਾ ਰਾਨੀ ਮੁਸਲਿਮਾ ਉਹਦੇ ਤੇ ਜਗੰਨਮ ਦੀ ਅੱਗ ਖਰਾਮ ਹੋ ਗਈ ਏ ਜਿਨੇ ਇਮਾਮ ਦੀ ਹਾਲਤ ਦੇ ਅੰਦਰ ਮੁਹੰਮਦ ਪਾਕ ਦਾ ਚਿਹਰਾ ਵੇਖ ਲਏ। ਸੱਲੱਲਾਹੁ ਅਲੈਹਿ ਵਸੱਲਮ ਉਹ ਸਿਹਾਬੀ ਰੱਬ ਕੋਲੋਂ ਦੁਆ ਕਰਦੇ ਨੇ ਅੱਲਾ ਦੁਨੀਆ ਤੇ ਮੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਦੇ ਦੇ ਕਬਰ ਦੀਆਂ ਸਖਤੀਆਂ ਬਰਦਾਸ਼ਤ ਕਰ ਸਕਦਾ ਨਹੀਂ ਕਰ ਸਕਦਾ। ਮੈਂ ਤੇ ਤੂੰ ਗੁਨਾਹਾਂ ਦੇ ਭਰੇ ਮੈਂ ਤੇ ਤੂੰ ਗਲਤੀਆਂ ਦੇ ਭਰੇ ਮੈਂ ਤੇ ਤੂੰ ਜਨਾਬ ਗੁਨਾਹਾਂ ਦੇਣ ਲੱਗੇ ਹੋਏ ਕਦੀ ਰੱਬ ਦੇ ਦਰਵਾਜ਼ੇ ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗੀ। ਅੱਲਾਹੁ ਅਕਬਰ ਅੱਲਾ ਮੇਰੇ ਪੈਗੰਬਰ ਫਰਮਾਉਂਦੇ ਨੇ ਸਿਹਾਬੀਆ ਦੁਆ ਕਰਨੀ ਸੀ ਤੇ ਇਹ ਦੁਆ ਕਰਦਾ ਰੱਬਨਾ ਆਤਿਨਾ ਫਿ ਦੁਨੀਆ ਖਸਾਨਾ ਵਾ ਫਿਲ ਆਖਿਰਤ ਖਸਾਨਾ ਵਾਕਿਨਾ ਅਜ਼ਾਬਨ ਨਾਰ। ਤਰਜਮਾ ਕੀਏ ਅੱਲਾ ਮੇਰੀ ਦੁਨੀਆ ਨੇਕੀ ਵਾਲੀ ਬਣਾ ਦੇ ਅੱਲਾ ਮੇਰੀ ਆਖਰਤ ਅੱਛੀ ਬਣਾ ਦੇ ਤੇ ਮੈਨੂੰ ਅੱਗ ਤੋਂ ਬਚਾ ਲੈ। ਮੈਂ ਇੱਕ ਗੱਲ ਕਰਨਾ ਚਾਹੁੰਦਾ ਜੇ ਸਮੇਂ ਦੇ ਅੰਦਰ ਆ ਦੇ ਬੰਦਾ ਇਸ ਮਸਜਿਦ ਦੇ ਅੰਦਰ ਬਹਿ ਕੇ ਦੁਆ ਕਰੇ ਅੱਲਾ ਦੀ ਕਸਮੇ ਫਿਰ ਵੀ ਰੱਬ ਰੱਦ ਨਹੀਂ ਕਰਦਾ। ਬੰਦਾ ਫੈਸਲਾ ਬਾਪ ਦੀ ਕਿਸੇ ਮਸਜਿਦ ਦੇ ਅੰਦਰ ਬੈਠ ਕੇ ਦੁਆ ਕਰੇ ਅੱਲਾ ਰੱਦ ਨਹੀਂ ਕਰਦਾ ਤੇ ਬੈਤੁੱਲਾ ਦਾ ਮਤਾਫ ਰੁਕਨੇ ਯਮਾਨੀ ਬੰਦਾ ਕਰਾਸ ਕਰਦਾ ਵੇ ਤੇ
ਤੇ ਦੁਆ ਪੜਦਾ ਵੇ ਰੱਬਨਾ ਆਪਿਨਾ ਫਿ ਦੁਨੀਆ ਖਸਨਾ ਵਾਪਿਲਾ ਕਿਰਾਤੀ ਖਸਨਾ ਓਏ ਆਪਣੇ ਦਰਵਾਜ਼ੇ ਤੇ ਚੱਲ ਕੇ ਆਇਆ ਨੂੰ ਤੇ ਦੁਸ਼ਮਣ ਨਹੀਂ ਖਾਲੀ ਮੋੜਿਆ ਕਰਦੇ ਰੱਬ ਤੇ ਬੜਾ ਕਦਰਦਾਨ ਏ ਰੱਬ ਤੇ ਆਪਣੇ ਬੰਦਿਆਂ ਦੀਆਂ ਬੜੀਆਂ ਲੱਜਾ ਰੱਖਦੇ ਅੱਲਾਹ ਕੋ ਅਕਬਲਾ ਇੰਜ ਸਮਝੋ बंदा रुकने यमानी क्रास कर दे ते रब दे सामने कत बन के कहंदे रब्बना आतिना फि दुनिया हसना व फिल आखिरति हसना व किना अज़ाबन नार बंदा अल्लाह दे सामने तरले कर दे सानू तेरिया पनावां दी ए लोड़ मालिका अल्लाह अल्लाह दे दरवाजे ते अल्लाह तवाफ करदा फिरदा ते बंदा रब नू कहंदा फिरदे सानू तेरिया पनावां दी ए लोड़ मालिका मल्ली बैठा ए शैतान गारे मुड़ मालिका दुआ कर अल्लाह मौका इंज दल आवे ते बंदा उत्थे बह के कवे सानू तेरिया पनावां दी ए लोड़ मालिका मल्ली बैठा ए शैतान गारे मोड़ मालिका साडा खालिक ते मालिक तू अरश वालिया साडा खालिक ते मालिक तू अरश वालिया साडा दाता तेरा से के तू अरश वालिया साडा जोड़िया साडा जोड़िया तू एक एक जोड़ मालिका मल्ली बैठाए शैतान गारे मोड़ मालिका इंज दा मंदर होए बैतुल्ला दा मताप होए ते सारे सजदे दिंद रखिया होए ते बंदा कवे सानू पालना ए तू सानू पालना ए तू किवें जावां दारे छड के तेरे बूए विच बैठा मैं लकीरां कट के तेरे बूए विच बैठा मैं लकीरां कट के देवा अखियां दा देवा अखियां दा पानी मैं नचोड़ मालिका मल्ली बैठाए शैतान गार मोड़ मालिका सानू तेरिया पनावां दीए लोड़ मालिका जिन्ना जिन्ना नू लोड़ इधरा मिलके मिनल पढ़ो ना सानू तेरिया पनावां दीए जिन्ना नू लोड़े बोलो ना सानू तेरिया पैनावां दीए लोड़ मालिका मल्ली बैठाए शैतान गारे मोड़ मालिका उत्थे जाके भी गत बनने ने अपनिया नमाज़ा ते माण नहीं करना अपनिया सजदियां ते माण नहीं करना अपनिया हज्जा ते माण नहीं करना अपनिया उमरिया ते माण नहीं करना बस सजदे दे अंदर सर रख के कहना मैं मन्निया के तेरे बुए सजीदा नहीं मेरा सजदा जो तेरे लेक सजदा नहीं पर साडा तेरे बाजो साडा तेरे बाजो नहीं कोई गौर मालिका मल्ली बैठाए शैतान गारे मोड़ मालिका सानू तेरिया पनावां दीए लोड़ मालिका मल्ली बैठाए शैतान गारे मोड़ मालिका बैतुल्ला दे बंदा सत चक्कर कढ़ के दो रक्ता मुकाम इब्राहीम ते अदा करके अल्लाह को अकबर थोड़ा जिया
ਪਿੱਛੇ ਨੂੰ ਜਾਂਦੇ ਤੇ ਸਾਹਮਣੇ ਜ਼ਮਜ਼ਮ ਦੀਆਂ ਟੂਟੀਆਂ ਨੇ ਅੱਲਾਹੁ ਅਕਬਰ ਲਾ ਕਿਹੜਾ ਜ਼ਮਜ਼ਮ ਮੇਰੇ ਪੈਗੰਬਰ ਨੇ ਸਲਾਤੋ ਸਲਾਮ ਫਰਮਾਉਂਦੇ ਨੇ ਬੰਦਾ ਜਿਸ ਇਰਾਦੇ ਤੇ ਜਿਸ ਨੀਅਤ ਨਾਲ ਪੀਂਦੇ ਅੱਲਾਹ ਤਾਲਾ ਪੂਰੀ ਕਰ ਛੱਡਦਾ ਏ ਅੱਲਾਹੁ ਅਕਬਰ ਲਾ ਆਪ ਨੇ ਸਲਾਤੋ ਸਲਾਮ ਫਰਮਾਉਂਦੇ ਨੇ ਇਹ ਜ਼ਮਜ਼ਮ ਦਾ ਪਾਣੀ ਖਾਣੇ ਦਾ ਖਾਣੇ ਤੇ ਪੀਣੇ ਦਾ ਪੀਣਾ ਏ ਯਾਨੀ ਬੰਦੇ ਦੀ ਪਿਆਸ ਵੀ ਬੁਝਾਉਂਦੇ ਤੇ ਭੁੱਖ ਵੀ ਮਟਾਉਂਦਾ ਏ ਅੱਲਾਹੁ ਅਕਬਰ ਲਾ ਓਡੀ ਉਪੇ ਪਸੀ ਕੋਲੇ ਕਿਸ ਕੰਮ ਦੇ ਓਡੀ ਉਪੇ ਪਸੀ ਕੋਲੇ ਕਿਸ ਕੰਮ ਦੇ ਮੰਗਾਂ ਟੂਟੀਆਂ ਕੂਲਰੇ ਜ਼ਮ ਜ਼ਮ ਦੇ ਓ ਸਾਡੇ ਵਗਦੇ ਅਥਰੂ ਤਾਂ ਥੰਮਦੇ ਰੱਜ ਰੱਜ ਕੇ ਜ਼ਮ ਜ਼ਮ ਪਿਲਾ ਮੌਲਾ ਕੋਈ ਐਸਾ ਕਰਮੇ ਕਮਾ ਮੌਲਾ ਪੜੀਏ ਇੱਕ ਤੇ ਲੱਖ ਬੜਾ ਮੌਲਾ ਲੈ ਕੇ ਵੀਜ਼ੇ ਕਲੀਲ ਦੇ ਡੇਰੇ ਦੇ ਆ ਈਜ਼ੀਅਰ ਫਾਲ ਇਬਰ ਆਂਦੇ ਲੋਕੀ ਚਾਰ ਚੁਫੇਰੇ ਦੇ ਨਹੀਂ ਫਿਕਰ ਤੋਪੇ ਹਨੇਰੇ ਦੇ ਸਾਡੀ ਜਲਦ ਪਲੇਟ ਉੜਾ ਮੌਲਾ ਕਹਿ ਦਿਓ ਆਮੀਨ ਉਹ ਏਡੀ ਆਮੀਨ ਨਾਲ ਤੇ ਖਾਨਕਾ ਡੋਗਰਾ ਨਹੀਂ ਲੰਘਣਾ ਨਾ ਮੁਹੱਬਤ ਨਾਲ ਕਹਿ ਦਿਓ ਆਮੀਨ ਉਹ ਲੈ ਕੇ ਵੀਜ਼ੇ ਖਲੀਲ ਦੇ ਡੇਰੇ ਦੇ ਆਂਦੇ ਲੋਕੀ ਚਾਰ ਚੁਫੇਰੇ ਦੇ ਨਹੀਂ ਫਿਕਰੇ ਧੁੱਪ ਹਨੇਰੇ ਦੇ ਸਾਡੀ ਜਲਦ ਪਲੇਟ ਉੜਾ ਮੌਲਾ ਕੋਈ ਐਸਾ ਕਰਮੇ ਕਮਾ ਮੌਲਾ ਪੜੀਏ ਇੱਕ ਤੇ ਲੱਖ ਬੜਾ ਮੌਲਾ ਅੱਲਾਹੁ ਅਕਬਰ ਇਹ ਸੰਦਮ ਦਾ ਬਾਣੀ ਮੈਂ ਕੁਰਬਾਨ ਜਾਵਾਂ ਇਹਦੀ ਕਹਾਣੀ ਜਰਾ ਮੁਖਤਸਰ ਬਿਆਨ ਕਰਾਂ ਗੱਲ ਅੱਗੇ ਚਲਾਵਾਂ ਹਜ਼ਰਤ ਖਲੀਲੁੱਲਾ ਅਲੈਹਿ ਸਲਾਤੁ ਵਸਲਾਮ ਨੇ ਐਨੇ ਕਰਕੇ ਆਪਣੇ ਬੀਵੀ ਬੱਚਿਆਂ ਨੂੰ ਨਾਲ ਲਿਆਏ ਐਨੇ ਕਰਕੇ ਜਿੱਥੇ ਜਨਾਬ ਅੱਡ ਸਫਾ ਮਰਵਾ ਦੀਆਂ ਪਹਾੜੀਆਂ ਨੇ ਉੱਥੇ ਲਿਆ ਕਰਕੇ ਨੰਨੇ ਇਸਮਾਈਲ ਨੂੰ ਵੀ ਛੱਡ ਦਿੱਤੇ ਤੇ ਉਮੇ ਇਸਮਾਈਲ ਨੂੰ ਵੀ ਛੱਡ ਦਿੱਤਾ ਏ ਕੁਝ ਖਜੂਰਾਂ ਕੁਝ ਪਾਣੀ ਦੇ ਕਰਕੇ ਵਾਪਸ ਟੁਰ ਗਏ ਨੇ ਅੱਲਾਹੁ ਅਕਬਰ ਅੱਲਾ ਹਜ਼ਰਤ ਇਬਰਾਹੀਮ ਵਾਪਸ ਟੁਰੇ ਨੇ ਤੇ ਹਜ਼ਰਤ ਗਾਜਨਾ ਨੇ ਦੌੜ ਕਰਕੇ ਹਜ਼ਰਤ ਇਬਰਾਹੀਮ ਦਾ ਪੱਲਾ ਪਕੜ ਲਏ ਫਰਮਾਉਂਦੀਆਂ ਨੇ ਇਬਰਾਹੀਮ ਮੇਰੀ ਤੇ ਕੋ ਗਲਤੀ ਹੋਏਗੀ ਆ ਮਾਸੂਮ ਦੀ ਕਲੀ ਜੰਗਲ ਵੀ ਆਬਾਮ ਦੇ ਅੰਦਰ ਛੱਡ ਕੇ ਚੱਲੇ ਜੇ ਅੱਲਾ ਨੇ ਕਈਆਂ ਸਾਲਾਂ ਬਾਅਦ ਬੇਟਾ ਦਿੱਤਾ ਜੇ ਤੇ ਹੁਣ ਵੀ ਸਾਨੂੰ ਛੱਡ ਕੇ ਚੱਲੇ ਜੇ ਕੀ ਗੱਲ ਏ ਕੋਈ ਗੱਲ ਤੇ ਦੱਸੋ ਨਾ ਸਾਡਾ ਕਸੂਰ ਤੇ ਦੱਸੋ ਨਾ ਹਜ਼ਰਤ ਇਬਰਾਹੀਮ ਨੇ ਕੋਈ ਜਵਾਬ ਨਹੀਂ ਦਿੱਤਾ ਫਰਮਾਉਂਦੀਆਂ ਨੇ ਖਲੀਲੁੱਲਾ ਜੀ ਅਗਰ ਤੁਸੀਂ ਇਹ ਤੇ ਦੱਸ ਦਿਓ ਔਰ ਕੋਈ ਗੱਲ ਨਹੀਂ ਦੱਸਦੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਕੇ ਚੱਲੇ ਜੇ ਜਾਂ ਰੱਬ ਦੀ ਮਰਜ਼ੀ ਨਾਲ ਛੱਡ ਕੇ ਚੱਲੇ ਜੇ ਤੇ ਹਜ਼ਰਤ ਖਲੀਲੁੱਲਾ ਆਸਮਾਨਾਂ ਵਾਲੇ ਇਸ਼ਾਰਾ ਕਰਕੇ ਕਹਿੰਦੇ ਨੇ ਮੈਂ ਰੱਬ ਦੇ ਹੁਕਮ ਨਾਲ ਛੱਡ ਕੇ ਚੱਲਾਵਾਂ ਤੇ ਹਜ਼ਰਤ ਹਾਜ਼ਰਾ ਨੇ ਹਜ਼ਰਤ ਇਬਰਾਹੀਮ ਦਾ ਪੱਲਾ ਛੱਡ ਦਿੱਤਾ ਤੇ ਅੱਲਾ ਦਾ ਪੱਲਾ ਪਕੜ ਲਿਆ ਬੋਲ ਕਰਕੇ ਕਹਿੰਦੀਆਂ ਨੇ ਇਹ ਅੱਲਾ ਯੁਜ਼ਿਆਨ ਅੱਲਾਹੁ ਅਬਦਾ ਅੱਲਾ ਖਲੀਲੁੱਲਾ ਜੀ ਅਗਰ ਅੱਲਾ ਦੇ ਹੁਕਮ ਨਾਲ ਛੱਡ ਕੇ ਚੱਲੇ ਜੇ ਤੇ ਸਾਡਾ ਰੱਬ ਸਾਨੂੰ ਜ਼ਾਇਆ ਕਰੇਗਾ ਨਹੀਂ ਜ਼ਾਇਆ ਕਰੇਗਾ ਵੇਖਿਆ ਨਹੀਂ ਕਈ ਸੌ ਸਾਲ ਗੁਜ਼ਰ ਗਏ ਨੇ
ਤੇ ਮਾਂ ਹਾਜਰਾ ਦਾ ਤਜ਼ਕਰਾ ਸੁਣ ਕੇ ਤੁਹਾਡਾ ਇਮਾਮ ਦਾਦਾ ਹੁੰਦਾ ਪਿਆ ਏ ਅੱਲਾ ਕਿਉਂ ਹੁੰਦਾ ਪਏ ਹਜ਼ਰਤ ਹਾਜਰਾ ਦਾ ਰੱਬ ਤੇ ਭਰੋਸਾ ਪੂਰਾ ਸੀ ਹਜ਼ਰਤ ਹਾਜਰਾ ਦਾ ਰੱਬ ਤੇ ਤਵੱਕਲ ਪੂਰਾ ਸੀ ਐਨੇ ਕਰਕੇ ਵਕਤ ਆਇਆ ਖਜੂਰਾਂ ਮੁੱਕ ਗਈਆਂ ਪਾਣੀ ਮੁੱਕ ਗਿਆ ਇਥੋਂ ਗੱਲ ਅੱਗੇ ਚਲਾਉਣ ਤੋਂ ਪਹਿਲਾਂ ਇੱਕ ਗੱਲ ਵੀ ਕਰ ਦੇਣਾ ਚਾਹਨਾ ਮਾਂ ਅੱਛੀ ਨੰਡੋ ਗਰਾਂ ਦੇ ਅਬਾਸੀ ਆ ਹਜ਼ਰਤ ਇਬਰਾਹੀਮ ਜਦੋਂ ਆਪਣੇ ਬੀਵੀ ਬੱਚੇ ਨੂੰ ਛੱਡ ਕੇ ਵਾਪਸ ਟੁਰੇ ਨਾ ਉਨੀ ਦੇਰ ਤੱਕ ਮੁੜ ਕੇ ਨਹੀਂ ਵੇਖਿਆ ਜਿੰਨੀ ਦੇਰ ਤੱਕ ਬੱਚੇ ਅੱਖਾਂ ਤੋਲੇ ਨਹੀਂ ਹੋ ਗਏ ਤੇ ਜੂਗੀ ਬੱਚੀ ਅੱਖਾਂ ਤੋਲੇ ਹੋਏ ਨੇ ਆਖਰ ਬਾਪ ਨਾ ਬਾਪ ਦੇ ਦਿਲ ਤੇ ਚੋਟ ਲੱਗੀ ਬਾਪ ਦੇ ਦਿਲ ਤੇ ਜ਼ਰਬ ਲੱਗੀ ਅੱਲਾਹੁ ਅਕਬਰ ਅੱਲਾ ਕਾਇਨਾਤ ਦੇ ਲੋਗ ਅੱਲਾ ਦੀ ਕਸਮ ਏ ਬਾਪ ਏ ਕਾਇਨਾਤ ਦਾ ਹਰ ਦੁੱਖ ਬਰਦਾਸ਼ਤ ਕਰ ਲੈਂਦਾ ਏ ਪਰ ਬਾਪ ਨੂੰ ਆਪਣੀ ਔਲਾਦ ਦੀ ਤਕਲੀਫ ਬਰਦਾਸ਼ਤ ਨਹੀਂ ਹੁੰਦੀ ਬਾਪ ਕਹਿੰਦਾ ਮੈਂ ਨੌਕਰੀ ਕਰ ਲਵਾਂਗਾ ਮੈਂ ਕੱਪੜੇ ਜਨਾਬ ਧੋ ਲਵਾਂਗਾ ਮੈਂ ਜਨਾਬ ਮਜ਼ਦੂਰੀ ਕਰ ਲਵਾਂਗਾ ਮੈਂ ਧੋਬੀਆਂ ਵਾਲਾ ਕੰਮ ਕਰ ਲਵਾਂਗਾ ਮੈਂ ਮੋਚੀਆਂ ਵਾਲਾ ਕੰਮ ਕਰ ਲਵਾਂਗਾ ਮੈਂ ਨਾਈਆਂ ਵਾਲਾ ਕੰਮ ਕਰ ਲਵਾਂਗਾ ਮੈਂ ਚੌਕੀਦਾਰ ਬਣ ਜਾਵਾਂਗਾ ਲੋਕਾਂ ਦੇ ਡੰਗਰਾਂ ਨੂੰ ਪੱਠੇ ਪਾ ਲਵਾਂਗਾ ਸਾਰੀ ਸਾਰੀ ਰਾਤ ਜਾਗ ਕਰਕੇ ਸਰਦੀ ਦੇ ਅੰਦਰ ਪਾਣੀ ਲਗਾ ਲਵਾਂਗਾ ਪਰ ਮੇਰੇ ਕੋਲ ਮੇਰੀ ਔਲਾਦ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ ਅੱਲਾਹੁ ਅਕਬਰ ਅੱਲਾ ਹਜ਼ਰਤ ਖਲੀਲ ਦੇ ਸਬਰ ਦੇ ਬੰਧਨ ਟੁੱਟੇ ਨੇ ਤੇ ਐਂਡ ਜਨਾਬ ਪਹਾੜੀ ਦੀ ਓੜ ਦੇ ਅੰਦਰ ਖੜੇ ਹੋ ਕਰਕੇ ਕਹਿੰਦੇ ਨੇ ਰੱਬਾਨਾ ਇੰਨੀ ਅਸਕੰਤੁ ਮਿਨ ਜ਼ੁਰੀਅਤੀ ਵਿਵਾਦਿਨ ਗੈਰੀ ਜ਼ੀ ਜ਼ਰਇਨ ਇੰਦਾ ਬੈਤਿਕਲ ਮੁਹੱਰਮ ਰੱਬਾਨਾ ਲਿਯੁਕੀਮੁ ਸਲਾਤਾ ਵਜਅਲ ਅਫਈਦਤਮ ਮਿਨ ਅੱਲਾਸ ਅੱਲਾ ਅੱਲਾ ਮੈਂ ਆਪਣੀ ਔਲਾਦ ਨੂੰ ਛੱਡ ਕੇ ਚੱਲਾਵਾਂ ਓਏ ਲੋਗੋ ਹੱਜ ਕਰੋ ਜਾਂ ਉਮਰਾ ਕਰੋ ਇੱਕ ਬਾਪ ਦੀ ਅਜ਼ਮਤ ਨਜ਼ਰ ਆਏਗੀ ਇੱਕ ਬਾਪ ਦੀ ਮੁਹੱਬਤ ਨਜ਼ਰ ਆਏਗੀ ਮਾਂ ਪਿਆਰ ਕਰਦੀ ਏ ਮੈਂ ਇਨਕਾਰੀ ਨਹੀਂ ਮਾਂ ਦੇ ਪਿਆਰ ਦਾ ਅੱਲਾ ਦੀ ਕਸਮ ਬਾਪ ਵੀ ਮਾਂ ਤੋਂ ਘੱਟ ਪਿਆਰ ਨਹੀਂ ਕਰਦਾ ਅੱਲਾ ਕੋ ਅਕਬਰ ਅੱਲਾ ਬਸ ਪਰ ਕਿਤਨੇ ਮਾਂ ਆਪਣੇ ਪਿਆਰ ਦਾ ਇਜ਼ਹਾਰ ਕਰ ਲੈਂਦੀ ਏ ਤੇ ਬਾਪ ਆਪਣੇ ਪਿਆਰ ਨੂੰ ਆਪਣੇ ਦਿਲ ਦੇ ਅੰਦਰ ਛੁਪਾ ਲੈਂਦੇ ਕਿਹੜਾ ਪੇ ਕਿਹੜੀ ਹਸਤੀ ਏ ਜਿਹੜੀ ਚਾਹੁੰਦੀ ਏ ਕਿ ਮੇਰਾ ਬੇਟਾ ਮੇਰੇ ਤੋਂ ਅੱਗੇ ਵੜ ਜਾਵੇ ਕਿਹੜੀ ਹਸਤੀ ਏ ਜਿਹੜੀ ਚਾਹੁੰਦੀ ਏ ਮੈਂ ਕੱਪੜੇ ਫੱਟੇ ਪਾ ਲਵਾਂ ਪਰ ਮੇਰੇ ਬੱਚਿਆਂ ਦੇ ਤਨ ਤੇ ਨਵੇਂ ਕੱਪੜੇ ਹੋਣੇ ਚਾਹੀਦੇ ਨੇ ਕਿਹੜੀ ਹਸਤੀ ਏ ਜਿਹੜਾ ਚਾਹੁੰਦਾ ਮੇਰੇ ਪੈਰਾਂ ਦੀ ਜੁੱਤੀ ਟੁੱਟੀ ਹੋਏ ਤੇ ਕੋਈ ਗੱਲ ਨਹੀਂ ਮੇਰੇ ਬੇਟੇ ਦੇ ਪੈਰਾਂ ਦੇ ਅੰਦਰ ਨਵੇਂ ਬੂਟ ਹੋਣੇ ਚਾਹੀਦੇ ਨੇ ਆਪ ਆਪਣੀ ਚਾਦਰ ਨੂੰ ਪੰਜ ਪੰਜ ਸੱਤ ਸੱਤ ਟਾਂਕੇ ਲਗਾਈ ਫਿਰਦੇ ਤੇ ਸਰਦੀ ਆਉਂਦੀ ਏ ਪੁੱਤਰ ਵਾਸਤੇ ਨਵੀਆਂ ਚਾਦਰਾਂ ਤੇ ਜੈਕਟਾਂ ਲੈ ਕੇ ਆਉਂਦੇ ਵਹਿਦੇ ਸਿਵਾ ਤੇ ਕਹਿੰਦਾ ਫਿਰਨਾ ਕਿ ਦੁਨੀਆ ਫਿਰ ਲੈ ਬਾਪ ਦੀ ਸ਼ਫਕਤ ਵੱਖਰੀ ਏ ਵੱਖਰੇ ਜੱਗ ਤੋਂ ਲਾਡ ਮੁਹੱਬਤ ਵੱਖਰੀ ਏ ਮਾਸ਼ਾਅੱਲਾ ਅਹਲਨ ਸਹਲਨ ਮਰਹਬਾ ਖਤੀਬ ਪਾਕਿਸਤਾਨ ਮੁਬਲਗੇ ਇਸਲਾਮ ਹਜ਼ਰਤ ਮੌਲਾਨਾ ਕਾਰੀ ਮੁਹੰਮਦ ਇਨਾਮੁੱਲਾ ਉਸਮਾਨੀ ਸਾਹਿਬ ਹਾਫਿਜ਼ਾਹੁੱਲਾ ਤਸ਼ਰੀਫ ਲੈ ਆਏ ਜ਼ਿਆਰਤ ਫਰਮਾਓ ਤੇ ਮਾਸ਼ਾਅੱਲਾ ਉਹਨਾਂ ਦਾ ਆਉਣਾ ਮੁਬਾਰਕ ਹੋਏ ਵੈਸੇ ਮੇਰੀ ਤਕਰੀਰ ਹੁਣ ਸਿੱਧੀ ਹੋਈ ਹੈ ਦੋ ਕੁ ਘੰਟੇ ਹੋਰ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ ਅੱਲਾ ਤਵਜੋ ਕਰਨਾ ਹਬੀਬ ਇਕਬਰੀ ਆ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਲਾ ਤਾਲਾ ਨੇ ਮੇਰੇ ਪੈਗੰਬਰ ਦੇ ਸੀਨਾ ਪਾਕ ਤੇ ਕੁਰਾਨ ਪਾਕ ਨਾਜ਼ਲ ਕਰਕੇ ਬਾਪ ਦਾ ਮੁਕਾਮ ਦੱਸਿਆ ਇੱਕ ਬਾਪ ਤੜਪਿਆ ਅੱਲਾ ਦੁਨੀਆ ਫਿਰ ਲੈ ਬਾਪ ਦੀ ਸ਼ਫਕਤ ਵੱਖਰੀ ਏ ਵੱਖਰੇ ਜੱਗ ਤੋਂ ਲਾਡ ਮੁਹੱਬਤ ਵੱਖਰੀ ਏ ਜੱਗ ਤੇ ਸਾਨੀ ਕਿਹੜਾ ਬਾਪ ਦੀ ਉਲਪਤ ਦਾ ਨਬੀ ਪਾਕ ਫਰਮਾਇਆ ਬਾਪ ਗਬੂਗਾ ਜੰਨਤ ਦਾ ਰੁਤਬੇ ਰੱਬ ਵਧਾਏ ਇੱਜ਼ਤ ਵੱਖਰੀ ਏ ਦੁਨੀਆ ਫਿਰ ਲੈ ਬਾਪ ਦੀ ਸ਼ਫਕਤ ਵੱਖਰੀ ਏ ਹਜ਼ਰਤ ਉਸਮਾਨੀ ਸਾਹਿਬ ਤਵੱਜੋ ਕਰਨਾ ਰਾਗ ਗਵਾਉਂਦੇ ਸਾਜਿਦ ਕਿਦੋਂ ਅਲਾਪਦੇ ਨੇ ਰਾਗ ਗਵਾਉਂਦੇ
ਸਾਜਿਦ ਕਿਦੋਂ ਅਲਾਪਦ ਨੇ ਸਿਰ ਤੇ ਜਿਨ੍ਹਾਂ ਦੇ ਸਾਏ ਸਲਾਮਤ ਬਾਪ ਦੇ ਨੇ ਵੀਰ ਵੀਰਾਂ ਦੇ ਦਰ ਦਿਖਾਉਂਦੇ ਤੇ ਵੀਰ ਵੀਰਾਂ ਦੀਆਂ ਬਾਵਾਂ ਬਾਪ ਸਿਰਾਂ ਦੇ ਤਾਜ ਉਹ ਵੀਰਾ ਤੇ ਮਾਵਾਂ ਠੰਡੀਆਂ ਛਾਵਾਂ ਬਾਪ ਮਰੇ ਸਿਰ ਨੰਗਾ ਹੋਵੇ ਤੇ ਵੀਰ ਮਰਨ ਕੰਡ ਖਾਲੀ ਮਾਪਿਆਂ ਬਾਜੀ ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੀ ਰਾਗ ਗਬਾਂ ਦੇ ਉਸਮਾਨੀ ਕਿਦੋਂ ਅਲਾਪਦ ਨੇ ਸਿਰ ਤੇ ਜਿਨ੍ਹਾਂ ਦੇ ਸਾਏ ਸਲਾਮਤ ਬਾਪ ਦੇ ਨੇ ਇਹਨਾਂ ਕੋਲੇ ਜੱਗ ਦੀ ਦੌਲਤ ਵੱਖਰੀ ਏ ਦੁਨੀਆਂ ਤੇਰਲੇ ਬਾਪ ਦੀ ਸ਼ਫਕਤ ਵੱਖਰੀ ਏ ਹਜ਼ਰਤ ਖਲੀਲੁੱਲਾ ਨੇ ਦੁਆਵਾਂ ਕੀਤੀਆਂ ਅੱਲਾ ਮੈਂ ਜੰਗਲ ਬੀਆਬਾਨ ਦੇ ਅੰਦਰ ਆਪਣੇ ਬੀਵੀ ਬੱਚਿਆਂ ਨੂੰ ਛੱਡ ਕੇ ਚੱਲਾਂ ਅੱਲਾ ਇਹਨਾਂ ਨੂੰ ਫਲਾਂ ਦਾ ਰਿਜ਼ਕ ਵੀ ਅਤਾ ਕਰਨਾ ਅੱਲਾ ਮੈਂ ਤੇਰੇ ਘਰ ਬੈਤੁੱਲਾ ਦੇ ਕਰੀਬ ਛੱਡ ਕੇ ਚੱਲਾਂ ਤਾਂ ਕਿ ਮੇਰੀ ਔਲਾਦ ਨਮਾਜ਼ੀ ਬਣ ਜਾਏ ਅੱਲਾ ਲੋਕਾਂ ਦੇ ਦਿਲ ਆਪਣੇ ਘਰ ਬੈਤੁੱਲਾ ਵੱਲ ਫੇਰ ਦੇ ਲੋਕੋ ਅੱਲਾ ਨੇ ਗਦਰ ਤੇ ਇਬਰਾਹੀਮ ਦੀਆਂ ਦੁਆਵਾਂ ਨੂੰ ਐਸਾ ਰੰਗ ਲਾਇਆ ਅੱਡ ਕੋ ਫੈਸਲਾਬਾਦ ਬੈਠੇ ਤੇ ਉੱਥੇ ਜਾਣਾ ਚਾਹੁੰਦੇ ਖਾਨਕਾ ਡੋਗਰਾਂ ਦੇ ਅੰਦਰ ਬੈਠੇ ਤੇ ਉੱਥੇ ਜਾਣਾ ਚਾਹੁੰਦੇ ਪੰਜਾਬ ਦੇ ਅੰਦਰ ਬੈਠੇ ਤੇ ਉੱਥੇ ਜਾਣਾ ਚਾਹੁੰਦੇ ਪਾਕਿਸਤਾਨ ਦੇ ਅੰਦਰ ਬੈਠੇ ਤੇ ਉੱਥੇ ਜਾਣਾ ਚਾਹੁੰਦੇ ਹਿੰਦੁਸਤਾਨ ਦੇ ਅੰਦਰ ਬੈਠੇ ਤੇ ਉੱਥੇ ਜਾਣਾ ਚਾਹੁੰਦੇ ਔਰ ਇੱਕ ਸਰਵੇ ਦੇ ਮੁਤਾਬਕ ਅਗਰ ਕਿਸੇ ਜਗ੍ਹਾ ਦੀ ਤਰਫ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਜਾਂਦੇ ਦੁਨੀਆਂ ਦੇ ਅੰਦਰ ਤੇ ਉਹ ਬੈਤੁੱਲਾ ਏ ਇਸ ਦੁਨੀਆ ਕਾਇਨਾਤ ਦੇ ਅੰਦਰ ਅਗਰ ਕਿਸੇ ਘਰ ਵੱਲ ਕਿਸੇ ਸ਼ਹਿਰ ਵੱਲ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਜਾਂਦਾ ਤੇ ਕਿਹੜਾ ਘਰ ਏ ਕਿਹੜਾ ਸ਼ਹਿਰ ਹੈ ਮੱਕਾ ਤੁਲ ਮੁਕਰਮਾ ਅੱਲਾਹੁ ਅਕਬਰ ਅੱਲਾ ਅੱਗੇ ਖਰਾਬ ਤਵੱਜੋ ਕਰਨਾ ਗੌਰ ਕਰਨਾ ਮੈਂ ਇਨਸ਼ਾਅੱਲਾ 15-20 ਮਿੰਟਾਂ ਦੇ ਆਪਣੀ ਬਾਤ ਸਮੇਟਣਾ ਚਾਹ ਰਿਹਾ ਗੌਰ ਕਰਨਾ ਹਬੀਬ ਕਬਰੀਆ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਲਾ ਤਾਲਾ ਨੇ ਨਬੀ ਪਾਕ ਅਲੀ ਸਲਾਤੋ ਸਲਾਮ ਦੇ ਸੀਨਾ ਪਾਕ ਤੇ ਕੁਰਾਨ ਪਾਕ ਨਾਦਨ ਫਰਮਾਇਆ ਅੱਲਾ ਫਰਮਾਉਂਦੇ ਨੇ ਰੱਬਾ ਨਾਲ ਇੰਨੀ ਅਸਕੰਤੁ ਮਿਨ ਜ਼ੁਰੀਅਤੀ ਬਿਵਾਦਿਨ ਖੈਰੀ ਜ਼ਿਜ਼ਰਨ ਇੰਦਾ ਬੈਤਿਕਲ ਮੁਹਰਮ ਰੱਬਾ ਨਾਲ ਯੁਕੀ ਮੁਸਲਾਹ ਫਜ ਅਲਾ ਫੀਦਤਮ ਨਿਨ ਨਾਸੀ ਤਖਵੀ ਇਲੇਗਮ ਵਰਜ਼ੁਕ ਕੁਮ ਨਿਨ ਸਮਰਾਤ ਹਜ਼ਰਤ ਅੱਲਾ ਤਾਲਾ ਨੇ ਹਜ਼ਰਤ ਇਬਰਾਹੀਮ ਦੀਆਂ ਦੁਆਵਾਂ ਸੁਣੀਆਂ ਹਜ਼ਰਤ ਇਬਰਾਹੀਮ ਚਲੇ ਗਏ ਦਰ ਖਜੂਰਾਂ ਵੀ ਮੁੱਕ ਗਈਆਂ ਤੇ ਪਾਣੀ ਵੀ ਮੁੱਕ ਗਿਆ ਹਜ਼ਰਤ ਇਸਮਾਈਲ ਨੂੰ ਪਿਆਸ ਲੱਗੀ ਏ ਪਿਆ ਪਾਣੀ ਕੋਈ ਨਹੀਂ ਨਜ਼ਰ ਆਉਂਦਾ ਅੱਲਾਹੁ ਅਕਬਰ ਅੱਲਾ ਪਾਣੀ ਕੋਈ ਨਹੀਂ ਲੱਭਦਾ ਤੇ ਮਾਂ ਆਪਣੀ ਮਮਤਾ ਲੈ ਕਰਕੇ ਮਾਂ ਆਪਣਾ ਪਿਆਰ ਲੈ ਕਰਕੇ ਐਡ ਕਰਕੇ ਦੌੜ ਕਰਕੇ ਸਫਾ ਤੇ ਜਾਂਦੀਆਂ ਨੇ ਵਹਿੰਦੀਆਂ ਨੇ ਪਾਣੀ ਕੋਈ ਨਹੀਂ ਨਜ਼ਰ ਆਇਆ ਫਿਰ ਦੌੜ ਆਉਂਦੀਆਂ ਨੇ ਕਿਤੇ ਮੇਰੇ ਬੱਚੇ ਨੂੰ ਕੋਈ ਚੀਜ਼ ਨੁਕਸਾਨ ਨਾ ਪਹੁੰਚਾ ਦੇਵੇ ਫਿਰ ਵਾਪਸ ਦੌੜ ਕਰਕੇ ਆ ਗਈਆਂ ਐਡ ਕਰਕੇ ਫਿਰ ਪਿਆਸ ਹਜ਼ਰਤ ਇਸਮਾਈਲ ਦੀ ਵੇਖੀ ਬਿਲਕਦਿਆਂ ਵੇਖਿਆ ਦੌੜ ਕਰਕੇ ਮਰਵਾ ਤੇ ਗਈਆਂ ਫਿਰ ਸਫਾ ਤੇ ਫਿਰ ਮਰਵਾ ਤੇ ਐਨ ਕਰਕੇ ਮਾਂ ਆਪਣੇ ਬੱਚੇ ਦਾ ਪਿਆਰ ਲੈ ਕਰਕੇ ਸਫਾ ਮਰਵਾ ਤੇ ਦੌੜੀਆਂ ਨੇ 7 ਚੱਕਰ ਲਗਾਏ ਨੇ ਅੱਲਾ ਤਾਲ ਨੇ ਮਾਂ ਦੀ ਮਮਤਾ ਏਡੀ ਚੰਗੀ ਲੱਗੀ ਏ ਅੱਲਾ ਨੇ ਕੁਰਾਨ ਪਾਕ ਦੇ ਅੰਦਰ ਫਰਮਾਇਆ ਅੱਲਾ ਫਰਮਾਉਂਦੇ ਨੇ ਇਨ ਸਫਾ ਵਲ ਮਰਵਾ ਤਾ ਮਿਨ ਸ਼ਾਇਰਿਲਾ ਮਨ ਖਜਲ ਬੈਤਾ ਅਵਿਤਾ ਮਰਾ ਹਲਾ ਜੁਨਾਖ ਅਲੈਹਿ ਅਈਤ ਤਵਾ ਪਬਿਹਿ ਮਾ ਵਮਨ ਤਤਵਾ ਖੈਰਨ ਇਨ ਅੱਲਾਹ ਸ਼ਾਕਿਰੁਨ ਅਲੀਮ
अल्लाह फरमाते ने कायनात दे लोगो हाजी हज कर वास्ते जाए उमरा करन वाला उमरा करन वास्ते जाए उन्नी देर तक हज उमरा कबूल नहीं जिन्नी देर तक सफा मरवा ते बंदा सात चक्कर नहीं लगा लैंदा। अल्लाह हू अकबर आकर गदर ते गाजरा वापस दौड़ करके आईया वेखिया गदर ते इस्माइल करके जमीन तेड़ियां रगड़ दे पैने। अल्लाह ताला ने हजरत इस्माइल दियां एड़ियां दिनों पानी दा चश्मा जारी कर दिता जिन्हों जम जम किया जांदे। अल्लाह हू अकबर पानी निकलना शुरू हो गया इंज पानी निकलता जांदे ते पानी फैलता जांदे ते गदर ते गाजरा परेशान हो गया मेरे बेटा किते पानी दे अंदर जनाब ज्यादा ना खोजे पानी दे अंदर भिज ना जाए। अल्लाह नाले इंज करके पानी दियां किनारियां बना दियां पईआं ने पानी दे गिरद बन्नियां बना दियां पईआं ने नाले अपनी जुबान च कहंदियां पईआं ने जम 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 अल्लाह हू अकबर जम जम कहंदियां जांदियां ने। ओ लोगों मैं इंज कहना वा आसमान वाला रब कहंदे हाजरा तू अज अपने बेटे दे प्यार दे अंदर जम जम कहंदी पई ए कयामत तक लोग जम जम करदे रहणगे। अल्लाह हू अकबर जम जम दा माना रुक जा पानिया रुक जा। आप फरमांदे ने अल्लाह रहम करे बीबी हाजरा ते अगर जनाब जम दम ना कहंदियां ते अल्लाह ताला जम जम नू बहण वाला एक चश्मा बड़ा छड़ दे। अल्लाह मैं कुर्बान जावां कायनात दे लोगो बंदा निकल के सफा जम जम दा पानी पींदे फिर सफा मरवा ते सारी कसाई कर दे। अल्लाह हू अकबर फिर अपने वाल मुंडवांदे फिर एहराम खोल दिंदे ते जदों बंदा कायनात दे लोगो उमरा करके फारग हो जांदे अल्लाह ताला इन्हां नू इन्हू गुनाहां तों इंज पाक कर दिंदे जिवें अज इमाम दे पेट दे अंदर आए। अल्लाह हू अकबर दुआ करिया कर अल्लाह अपने घर बैतुल्ला दा हज उमरा नसीब करे बार बार करे हर साल करे। अल्लाह हू अकबर बातां बड़ियां सारियां लेकिन साडे मुहम्मद मेहमान तशरीफ लैके आए ये तो बंदा मक्के दे अंदरों चलदा चलदा मदीना मुनवरा दे अंदर पहुंच दे केड़ा मदीना मुनवरा कायनात दे लोगो मेरे पैगंबर दे आण तो पहला मदीने नू यसरब कहा जांदा सी यसरब दा माना बीमारियां दा घर। अल्लाह हू अकबर यसरब दे अंदरों को गुजर भी जांदा ते बीमार हो जांदा मेरे पैगंबर अपने सहाबा दे नाल हिजरत करके पहुंचे ना। लोगो मैं केड़ियां केड़ियां गल्लां करां मदीने दियां केड़ियां केड़ियां गल्लां करां मक्के दियां अल्लाह दी कसम बात बड़ी तवील मुख्तसर करना चाहना। मेरे पैगंबर दी ज़ादा मोहतरमा गदर ते ऐसा बयान कर दिया ने जदों गदर ते बिलाल ते गदर ते अबू बकर मक्के मदीने मदीने दे अंदर पहुंचे ना इन्हां दोवां नूं भी बुखार हो गया। अल्लाह हू अकबर गदर ते बिलाल भी मक्के नूं याद करके रोंदे ने हजरत अबू बकर भी मक्के नूं याद करके रोंदे ने बुखार दी शिद्दत ते मेरे पैगंबर अली सलाम नूं पता चलिया मेरा बिलाल भी मक्के तो उदास हो गई है। अल्लाह हू अकबर मेरा अबू बकर भी मक्के तो उदास हो गई है। ओए चीने डोगरां दी आबासी आओ किवें ना उदास होंदे अबू बकर ने मक्के दियां गलियां दे अंदर तुखी दी खातर बड़ियां मारां खादियां ने बिलाल ने तुखी दी खातर मक्के दियां गलियां दे अंदर जलदे अंगारियां ते लेटे ने। अल्लाह हू अकबर मेरे पैगंबर ने हथ चुक लै रहमत ते कायनात फरमांदे ने अल्लाहुम्मा हब्बिब इलैनल मदीना का हुब्बिना मक्का। अल्लाह सोणिया साडे दिलां दे अंदर मदीने दी वी ओवें मुहब्बत का पैदा कर दे जिवें साडे दिलां दे अंदर अल्लाह सोणिया मक्के दी मुहब्बत ते बल्कि मक्के नालों वी साडे दिलां दे अंदर मदीने दी मुहब्बत पैदा कर दे। अल्लाह हू अकबर किन्ना प्यार है मेरे पैगंबर नूं मदीना। नबी पाक दे सहाबी कदर ते अनस फरमांदे ने ऐ नबी पाक सफर तो वापस आया कर दे ते जूगी मेरे पैगंबर दियां नजरां मदीने दे दरो दीवार ते पैंदियां ना। अल्लाह हू अकबर आप सवारी नूं तेज कर दिया कर दे ते मेरे पैगंबर जदों ओ खुद बगाड़ नूं वेंदे आप फरमांदे खादा जबल युखिबुना अनुखिबहु। ओ लोगो ओ खुद बगाड़ साडे नाल प्यार कर दे असीं ओ खुद बगाड़ नाल प्यार करने आ। अल्लाह मैं मदीने नाल क्यों ना प्यार करां मदीने दे ते
पहाड़ भी मेरे पैगंबर नाल प्यार करदे ने, मैं मदीने नाल क्यों ना प्यार करा, मदीने दियां ते लकड़ियां भी मेरे पैगंबर नाल प्यार करदियां ने, मैं मदीने नाल क्यों ना प्यार करा, मदीने दे लोगों ने मेरे पैगंबर नाल प्यार दी इंतहा कर दी है। अल्लाह अकबर, लोगो मैं मदीने दी केड़ी केड़ी गल करा, आइए खराब दो चार बातें करा, गल खत्म करा। ये मदीना मेरे पैगंबर फरमांदे जड़ा मेरी मस्जिद दे अंदर एक नमाज पढ़दा है, यानी मस्जिद नबी दे अंदर अल्लाह एक हजार नमाज दा सवाब अता कर देंदे। ये मदीना मेरे पैगंबर मिंबर ते तशरीफ फरमा, रहमत ते कायनात ते अम्मी ऐशा दे खुजरे वाले इशारा कीता, आप फरमांदे ने मां बैना बैती बा मिंबरी रौजा तुमने रिया दिल जन्ना। मेरे मिंबर तो लेके मेरे खुजरे तक है जिन्नी जगह, अल्लाह ताला ने इस जगह नु जन्नत दा टुकड़ा बढ़ा दिता है। अल्लाह को अकबल्ला एक हसरत पूरी कर मौला, भुलवा ले अपने घर मौला, एक हसरत पूरी कर मौला, भुलवा ले अपने घर मौला, वेखे साजिद जाके ओ मंजर, जिते गए आराम मुहम्मद दा, सब नाम प्यारे लगदे ने, है वखरा नाम मुहम्मद दा। सब नाम प्यारे लगदे ने, सब नाम प्यारे लगदे ने, है वखरा नाम जिन्ना जिन्ना नू प्यारा लग दे रब बोल के लवो ना, सब नाम प्यारे लग दे ने, है वखरा नाम गूंज पैदे नामे मुहम्मद दी छाल आए, सब नाम प्यारे लगदे ने, है वखरा नाम मुहम्मद दा। अल्लाह दे बाद जमाने विच है चर्चा आम मुहम्मद दा, सब नाम प्यारे लगदे ने, है वखरा नाम मुहम्मद दा। गल ये कर देना चाहना, ਉਹਨੂੰ ਮਾਲੋ ਜ਼ਰ ਦੀ ਲੋੜ ਨਹੀਂ, ਕਿਸੇ ਨਿਮਤ ਦੀ ਕੋਈ ਥੋੜ ਨਹੀਂ, ਉਹਨੂੰ ਮਾਲੋ ਜ਼ਰ ਦੀ ਲੋੜ ਨਹੀਂ, ਕਿਸੇ ਨਿਮਤ ਦੀ ਕੋਈ ਥੋੜ ਨਹੀਂ, ਜ਼ਰ ਮਾਲ ਤੇ ਸ਼ਾਇਆਂ ਕੀ ਕਰਨੀ, ਜ਼ਰ ਮਾਲ ਤੇ ਸ਼ਾਇਆਂ ਕੀ ਕਰਨੀ, ਜੋ ਪੀਂਦਾ ਜਾਮ ਮੁਹੰਮਦ ਦਾ, ਸਭ ਨਾਮ प्यारे लगदे ने, है वखरा नाम मुहम्मद दा। ओ मदीना जिंदे अंदर जन्नत दा टुकड़ा, आप फरमांदे ने मेरे मिंबर तो लैके मेरे खुजरे तक अल्लाह ताला ने इस जगह नु जन्नत दा टुकड़ा बना दिता। और नबी पाक फरमांदे जेड़ा बंदा अपने घरों वजू करके कुबा मस्जिद दे अंदर जाके दो रकतां पढ़ लैंदे, अल्लाह कबूल शुदा उमरे दा सवाब अता कर देंदे ने। आखिरी हदीस बयान करां ते गल खत्म करा। मेरे पैगंबर फरमांदे ने जेड़ा बंदा जिन्हों अल्लाह ताला हिम्मत देवे इस्तताअत देवे मदीना पाक दे अंदर फौत हो जाए ते बकी दे अंदर दफन हो जाए, मैं मुहम्मद कयामत वाले दिन ओदियां जरूर सिफारिशां करांगा। अल्लाह हू अकबर, ओए चीने डोगरियां दा डोगरां दे आबासिया, मैं क्यों ना अपने मुकद्दरां ते फखर करा, मैं क्यों ना अपनी किस्मत ते नाज करा, मैं क्यों ना अपने मुकद्दर ते फखर करा। अल्लाह हू अकबर, मेरे अलामा एहसान इलाकी जहीर शहीद रहमतुल्लाह अलैह जिन्ना नूं अल्लाह ताला ने उस बकी दे कब्रस्तान दे अंदर अल्लाह दी कसम दफन होण दी जगह अता कीती, कल कयामत दा दिन होएगा जिथे मेरे पैगंबर खदर ते उस्मान दी सिफारिश करनगे, जिथे मेरे पैगंबर अपनियां बेटियां दी सिफारिश करनगे, जिथे मेरे पैगंबर अपनियां बीवियां दी सिफारिश करनगे, जिथे मेरे पैगंबर अपने सहाबा दी सिफारिश करनगे, ओथे मेरे उस अलामा एहसान दियां भी सिफारिशां करनगे। अल्लाह अकबल्ला, दुआ करया कर, ला मौत अता करे ते मदीने दी मौत अता करे। गल मुकदी मुकामा, ओ जेड़े दिल विच रखदे ने अरमान मदीने दे, क्यों भी रखदे हो माशाल्लाह, अल्लाह सब नूं मदीने पाक दी हाजरी नसीब फरमाए।
बार बार नसीब फरमाए, हर बार नसीब फरमाए। बस पूरी तकरीज में तो ज्यादा परेशान नहीं किया, ऐ मिल के तुसी मेरे नाल पढ़ना हो सकता, पता नहीं अल्लाह ताला किते जुमले कबूल कर लवे। जेड़े दिल विच रख दे ने अरमान मदीने दे, तुसी सिर्फ मदीने दे लफ्ज बोलने ने। जेड़े दिल विच रख दे ने अरमान मदीने दे, बन जांदे कदी न कदी मेहमान, बन जांदे कदी न कदी मेहमान मदीने दे। जेड़े दिल विच रख दे ने अरमान मदीने दे, मैं सुनिया मदीने ते जद पहली नजर पैंदी, मैं तकिया मदीने ते जद पहली नजर पैंदी, दिल कर दे हो जाइए कुर्बान मदीने दे। जेड़े दिल विच रख दे ने अरमान मदीने दे, बन जांदे कदी न कदी मेहमान मदीने दे। तड़प के कह देना आमीन। मौला तेरा की जांदा हर साल च कर देवे, मौला तेरा की जांदा हर साल च कर देवे, इस सारे मजमे लई सामान मदीने दे, इस सारे नजमे लई सामान मदीने दे। जेड़े दिल विच रख दे ने अरमान, अल्लाह मैनू तुहानू मक्के मदीने दी हाजरी नसीब फरमाए, अल्लाह मदीने वाले दी सच्ची मुहब्बत नसीब फरमाए, मदीने वाले दा किरदार नसीब फरमाए। जेड़े अहबाब मदीना पाक दी हाजरी वास्ते, मक्का पाक दी हाजरी वास्ते जा रहे ने, अल्लाह खैर न लै जाए, अल्लाह ए सफरे मुकद्दस कबूल फरमाए। अल्लाह ताला जिन अहबाब ने अज दे प्रोग्राम दा एहतमाम कीता, कारोबार मालो जान अहलो अयाल दे अंदर बरकत अता फरमाए। आखिर दावा या अनिल हम्दुलिल्लाह रब्बिल आलमीन।